ਅਾ ਸ਼ਰਮਾ ਜੀ ਅਗਲੀ ਖਬਰ ਦੇ ਵੱਲ ਵਧੀਏ ਗੱਲ ਕਰੀਏ ਜਿਹੜੀ ਬੱਬੂ ਮਾਨ ਤੋਂ ਪੁੱਛ ਪੜਤਾਲ ਹੋਈ ਹੈ ਆਪਾਂ ਕਾਫੀ ਟਾਈਮ ਤੋਂ ਚਰਚਾ ਇਹ ਕਰ ਰਹੇ ਆ ਲਗਾਤਾਰ ਪੰਜਾਬੀ ਰਿਵਿਊ ਐਸੇ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਵੀ ਕਰਦੇ ਆ ਰਿਪੋਰਟਾਂ ਦੇ ਵਿੱਚ ਵੀ ਕਰਦੇ ਆ ਕਿ ਜਦੋਂ ਪਰਮੇਸ਼ਵਰ ਮਰਮੇ ਤੇ ਗੋਲੀਆਂ ਚੱਲੀਆਂ ਸੀ ਉਸ ਤੋਂ ਬਾਅਦ ਗਿੱਪੀ ਗਰੇਵਾਲ ਨੂੰ ਫਰੋਤੀ ਦੀ ਕਾਲ ਆਉਂਦੀ ਹੈ ਉਸ ਤੋਂ ਬਾਅਦ ਸ਼ਾਹਰੁਖ ਜਿਹੜਾ ਫੜਿਆ ਜਾਂਦਾ ਵਿੱਕੀ ਮਿੱਡੂ ਖੇੜਾ ਕਤਲ ਮਾਮਲੇ ਦੇ ਵਿੱਚ ਤਾਂ ਉਹ ਕਈ ਤਰ੍ਹਾਂ ਦੇ ਖੁਲਾਸੇ ਕਰਦਾ ਹੈ ਉਹ ਇਹ ਵੀ ਇਸ਼ਾਰਾ ਕਰਦਾ ਕਿ ਲਾਰੈਂਸ ਬਿਸ਼ਨੋਈ ਗਰੁੱਪ ਕੁਝ ਵੱਡਾ ਕਰਨ ਨੂੰ ਪੰਜਾਬ ਦੇ ਵਿੱਚ ਫਿਰਦਾ ਤੇ ਉਸ ਤੋਂ ਬਾਅਦ ਆਪਾਂ ਦੇਖਿਆ ਸ਼ਗਨਪ੍ਰੀਤ ਦਾ ਨਾਮ ਆਉਂਦਾ ਸ਼ਗਨਪ੍ਰੀਤ ਤੋਂ ਗੱਲਾਂ ਚੱਲਦੀਆਂ ਚੱਲਦੀਆਂ ਅਫਸਾਨਾ ਕਾਨ ਬੱਬੂ ਮਾਨ ਮਨਕੀਰ ਤੌਲਕ ਤੱਕ ਵੀ ਪਹੁੰਚਦੀਆਂ ਬੰਬੀਹਾ ਗਰੁੱਪ ਫੋਨ ਕਰਦਾ ਬੱਬੂ ਮਾਨ ਨੂੰ ਵੀ ਮਨਕੀਰ ਤੌਲਕ ਬਾਰੇ ਵੀ ਕਹਿੰਦਾ ਲੱਕੀ ਪਟਿਆਲ ਗੋਲਡੀ ਬਰਾੜੇ 15 16 ਕੈਰੇਕਟਰਾਂ ਦਵਾਲੇ ਜਿਹੜੀ ਇਹ ਕਹਾਣੀ ਸਾਰੀ ਘੁੰਮਦੀ ਹੈ ਬੱਬੂ ਮਾਨ ਤੋਂ ਜਿਹੜੀ ਪੁੱਛ ਪੜਤਾਲ ਹੋਈ ਹੈ ਬੱਬੂ ਮਾਨ ਨੇ ਫਿਲਹਾਲ ਬਾਹਰ ਆ ਕੇ ਕੋਈ ਗੱਲ ਕਹੀ ਹੈ ਸ਼ਰਮਾ ਜੀ ਉਹ ਕਹਿ ਰਿਹਾ ਕਿ ਸਾਡੀ ਟਕਰਾਰ ਸਟੇਜ ਤੱਕ ਸੀ ਰੰਜਿਸ਼ ਨਹੀਂ ਸੀ ਮਤਲਬ ਇੱਕ ਗੱਲ ਤਾਂ ਪ੍ਰਤੱਖ ਹੋ ਗਈ ਕਿ ਸਿੱਧੂ ਮੂਸੇਵਾਲੇ ਨਾਲ ਸਟੇਜ ਦੀ ਟਕਰਾਰ ਤਾਂ ਬੱਬੂ ਮਾਨ ਦੀ ਸੀਗੀ ਅ ਪ੍ਰਵੀਨ ਜੀ ਪਿਛਲੇ ਦਿਨੀ ਨਾ ਪੰਜਾਬ ਦੀ ਜਿਹੜੀ ਫਿਲਮ ਇੰਡਸਟਰੀ ਹੈ ਉਹਨਾਂ ਦੀ ਇੱਕ ਸੰਸਥਾ ਹੈ ਤੇ ਉਹ ਵੱਡੀ ਸੰਸਥਾ ਉਹਦੇ ਪ੍ਰਦਾਨ ਆਪਣੇ ਗੁਰਪ੍ਰੀਤ ਖੁੱਗੀ ਹੋਰੀ ਨੇ ਜੀ ਤੇ ਉਸ ਸੰਸਥਾ ਦ ਸਮੇ ਸਮੇ ਮਤਲਬ ਕਿ ਕੋਈ ਨਾ ਕੋਈ ਸਮਾਗਮ ਇਕੱਤਰਤਾ ਕਰਦੀ ਰਹਿੰਦੀ ਹੈ ਸੋ ਇਹ ਉਹਨਾਂ ਦਾ ਇੱਕ ਪ੍ਰੋਗਰਾਮ ਸੀਗਾ ਸਾਲਾਨਾ ਇਜਲਾਸ ਕਹਿ ਲੋ ਤੇ ਉਹ ਇਜਲਾਸ ਇੱਥੇ ਮਹਾਲੀ ਰੱਖਿਆ ਗਿਆ ਤੇ ਉਹਦੇ ਵਿੱਚ ਪ੍ਰਧਾਨਗੀ ਵਿੱਚੋਂ ਸਿਰਫ ਸੰਤੀ ਨਾਲ ਕਰਨੀਤ ਅਨਮੋਲ ਨੂੰ ਚੁਣਿਆ ਗਿਆ ਜੀ ਤੇ ਉਸ ਇਜਲਾਸ ਦੇ ਵਿੱਚ ਮੈਨੂੰ ਉਹਨਾਂ ਨੇ ਕੁਝ ਗੱਲਾਂ ਸਾਂਝੀਆਂ ਕਰਨ ਲਈ ਬਤੌਰ ਬਲਾਰਾ ਉੱਥੇ ਸੱਦਿਆ ਸੀ ਠੀਕ ਹੈ ਉੱਥੇ ਇਸ ਨੂੰ ਮੁਸੇਵਾਲੇ ਦੇ ਮਸਲੇ ਨੂੰ ਲੈ ਕੇ ਕਈ ਕਲਾਕਾਰਾਂ ਨੇ ਸਣੇ ਗੁਰਪ੍ਰੀਤ ਕੋਕੀ ਤੇ ਉਹਨਾਂ ਦੇ ਹੋਰ ਨਾਮੀ ਕਲਾਕਾਰਾਂ ਨੇ ਹੈਨਾ ਉੱਥੇ ਇਹ ਗੱਲ ਖੁੱਲ ਕੇ ਕੀਤੀ ਕਿ ਭਾਈ ਆਪਾਂ ਓਵੇਂ ਨਹੀਂ ਖੜਦੇ ਆਪਣੇ ਭਰਾਵਾਂ ਨਾਲ ਆਪਣੇ ਸਾਥੀਆਂ ਨਾਲ ਜਿਵੇਂ ਆਪਾਂ ਨੂੰ ਖੜਨਾ ਚਾਹੀਦਾ ਸਹੀ ਦਾ ਬਿਲਕੁਲ ਸਹੀ ਹੈ ਜਿਵੇਂ ਸਾਨੂੰ ਸਾਹਮਣੇ ਆ ਕੇ ਬੋਲਣਾ ਚਾਹੀਦਾ ਉੱਥੇ ਇੱਕ ਹੋਰ ਪਹਿਲੂ ਉੱਪਰ ਆਇਆ ਕਿ ਫਰੋਤੀ ਦੀਆਂ ਕਾਲ ਜਿਨ੍ਹਾਂ ਨੂੰ ਆਉਂਦੀਆਂ ਨੇ ਉਹ ਦੱਸਦੇ ਕਿਉਂ ਨਹੀਂ ਜੀ ਸਹੀ ਹੈ ਜਾਂ ਜਿਨ੍ਹਾਂ ਤੋਂ ਵਸੂਲੀ ਹੁੰਦੀ ਹੈ ਉਹ ਕਿਉਂ ਵਸੂਲੀ ਦਿੰਦੇ ਨੇ ਹੂੰ ਇਹ ਪਹਿਲੂ ਉਸ ਚਰਚਾ ਦੇ ਵਿੱਚ ਕਲਾਕਾਰਾਂ ਦੇ ਮੂੰਹੋਂ ਮੈਂ ਸੁਣੇ ਹੂੰ ਹੂੰ ਇਹਦਾ ਮਤਲਬ ਹੋਰ ਕਈਆਂ ਦੇ ਬੁਖੇ ਖੜਕਾਏ ਜਾਂਦੇ ਨੇ ਜੀ ਹੋਰ ਕਈਆਂ ਤੋਂ ਵਸੂਲੀ ਕੀਤੀ ਜਾਂਦੀ ਹੈ ਤੇ ਉਹ ਵਸੂਲੀ ਚੁੱਪਚਾਪ ਦਿੰਦੇ ਨੇ ਤੇ ਜਦੋਂ ਕਿਸੇ ਦੇ ਉੱਤੇ ਅਜਿਹੀ ਕਾਰਵਾਈ ਹੁੰਦੀ ਹੈ ਫਿਰ ਇੰਡਸਟਰੀ ਚੁੱਪ ਕਿਉਂ ਕਰਦੀ ਹੈ ਇੱਕ ਸਵਾਲ ਉੱਥੇ ਵੱਡਾ ਉੱਭਰਿਆ ਜੀ ਸੋ ਇਸ ਸਵਾਲ ਦਾ ਹੀ ਉਹਨਾਂ ਜੇ ਪਹਿਲੂ ਹੈ ਕਿ ਅੱਜ ਜਦੋਂ ਮਤਲਬ ਕਿ ਬੱਬੂ ਮਾਨ ਤੋਂ ਆਲਖ ਤੋਂ ਪੁੱਛ ਕੇ ਛੋਈ ਦੋ-ਦੋ ਘੰਟੇ ਦੋਵਾਂ ਤੋਂ ਲੰਬੀ ਪੁੱਛ ਕੇ ਛੋਈ ਤੇ ਉਹਦੇ ਵਿੱਚ ਬੱਬੂ ਮਾਨ ਨੇ ਇੱਕ ਤਰ੍ਹਾਂ ਨਾਲ ਹੈਰਾਨੀ ਪ੍ਰਗਟਾਈ ਬੱਬੂ ਮਾਨ ਕਹਿੰਦਾ ਕਿ ਸਾਡਾ ਸਟੇਜੀ ਤਕਰਾਰ ਸੀ ਹੂੰ ਹੂੰ ਤੇ ਉਹ ਵੀ ਕਹਿੰਦਾ ਪਿਛਲਾ ਰਿਕਾਰਡ ਚੈੱਕ ਕਰਕੇ ਦੇਖ ਲਓ ਕਿ ਜੇ ਮੇਰੇ ਵੱਲੋਂ ਤਕਰਾਰ ਸ਼ੁਰੂ ਹੋਈ ਹੋਵੇ ਮੈਂ ਕਦੇ ਪਹਿਲੀ ਟਿੱਪਣੀ ਕੀਤੀ ਹੋਵੇ ਕਹਿੰਦੇ ਤਕਰਾਰ ਵੀ ਮੁਸੇਵਾਲ ਵੱਲੋਂ ਹੀ ਸ਼ੁਰੂ ਕੀਤੀ ਗਈ ਪਰ ਕਹਿੰਦੇ ਅਸੀਂ ਉਸ ਨੂੰ ਸਟੇਜੀਓ ਰੱਖਿਆ ਅਸੀਂ ਉਸ ਨੂੰ ਕਦੇ ਮੰਨਤੇ ਨਹੀਂ ਲਾਇਆ ਹੂੰ ਹੂੰ ਕਿਉਂ ਐਂਟਰਟੇਨਮੈਂਟ ਦੇ ਹਵਾਲੇ ਨਾਲੇ ਚੱਲਦਾ ਰਹਿੰਦਾ ਕਿ ਠੀਕ ਆ ਲੋਕ ਇੰਜੋਏ ਕਰਦੇ ਪਰ ਆਪਾਂ ਜਾਣਦੇ ਹਾਂ ਕਿ ਇਹਨਾਂ ਦੋਆ ਬੱਬੂ ਮਾਨਦੇ ਔਰ ਸਿੱਧੂ ਮਸੇਵਾਲ ਦੇ ਪ੍ਰਸ਼ੰਸਕ ਨਿਜੀ ਕਿੜ ਤੱਕ ਵੀ ਆ ਗਏ ਜਿਵੇਂ ਆਪਾਂ ਕਹਿੰਦੇ ਨਾ ਕਿ ਲੀਡਰ ਉੱਪਰੋਂ ਇੱਕ ਹੁੰਦੇ ਨੇ ਬਸ ਬੰਦੇ ਪਿੰਡ ਵਾਲਿਆਂ ਦੀ ਦੁਸ਼ਮਣੀ ਪੈ ਜਾਂਦੀ ਹੈ ਓਵੇਂ ਹੀ ਸੋਸ਼ਲ ਮੀਡੀਆ ਤੇ ਮੈਂ ਪ੍ਰਸ਼ੰਸਕਾਂ ਦੀ ਦੁਸ਼ਮਣੀ ਆਪਾਂ ਜਨਤਕ ਦੇਖੀ ਆ ਦੇਖੀਏ ਬਿਲਕੁਲ ਦੇ ਸਿੱਧੂ ਦੇ ਨਾਲ ਭੜਦੇ ਹੈ ਨਾ ਖਾੜਿਆਂ ਚ ਭੜਦੇ ਲਲਕਾਰੇ ਮਾਰਦੇ ਸਾਰਾ ਕੁਝ ਦੇਖ ਸੋ ਪਰ ਬੱਬੂ ਮਾਨ ਨੇ ਆਪਣਾ ਪੱਖ ਇਹ ਰੱਖਿਆ ਕਿ ਬਿਲਕੁਲ ਮੇਰੀ ਉਹਦੇ ਨਾਲ ਕੋਈ ਰੰਜਿਸ਼ ਨਹੀਂ ਸੀ ਕੋਈ ਮੇਰਾ ਕਿਸੇ ਨਾਲ ਲੈਣਾ ਦੇਣਾ ਨਹੀਂ ਕਿਸੇ ਮੇਰੇ ਗੈਂਗਸਟਰ ਧਿਰ ਨਾਲ ਕੋਈ ਸਬੰਧ ਨਹੀਂ ਜਾਂ ਮੇਰੇ ਤੱਕ ਕਦੇ ਕਿਸੇ ਦੀ ਅਪਰੋਚ ਨਹੀਂ ਕਹਿੰਦਾ ਮੈਂ ਇਹੀ ਕਹਿ ਸਕਦਾ ਕਿ ਭਾਈ ਆ ਮੇਰਾ ਫੋਨ ਆ ਆ ਮੇਰੀ ਮੇਲ ਆ ਜਿੰਨਾ ਰਿਕਾਰਡ ਖੰਗਾ ਲੈਣਾ ਖੰਗਾਲ ਲਓ ਹਾਂਜੀ ਤੇ ਕਹਿੰਦਾ ਜਿੱਥੋਂ ਤੱਕ ਸਟੇਜ ਵਾਲੀ ਗੱਲ ਹੈ ਕਿ ਇਹ ਵੀ ਚੈੱਕ ਕਰ ਲਿਓ ਕਿ ਸ਼ੁਰੂ ਕਿਹਨੇ ਕੀਤੀ ਆ ਤੇ ਮੈਂ ਕਿੱਥੇ ਤੱਕ ਗਿਆ ਕਿਹੜੀ ਹੱਦ ਤੱਕ ਗਿਆ ਹਾਂਜੀ ਸੋ ਇਸ ਲਈ ਉਹਨੇ ਤਾਂ ਆਪਣਾ ਪੱਖ ਇਸ حوالے ਨਾਲ ਰੱਖਿਆ ਪਰ ਇੱਕੋ ਨੇ ਫਿਕਰਮੰਦੀ ਜ਼ਰੂਰ ਜ਼ਾਹਰ ਕੀਤੀ ਹੂੰ ਹੂੰ ਉਹ ਕਹਿੰਦੇ ਕਿ ਸਿੱਧੂ ਮਸੇਵਾਲੇ ਦੇ ਜਾਨ ਤੋਂ ਬਾਅਦ ਮੈਂ ਵੀ ਓਨਾ ਹੀ ਦੁਖੀ ਸੀ ਜਿੰਨੇ ਉਹਦੇ ਪ੍ਰਸ਼ੰਸਕ ਤੇ ਮੈਂ ਕਿੰਨਾ ਲੰਮਾ ਸਮਾਂ ਤੱਕ ਸਟੇਜ ਤੇ ਆ ਕੇ ਆਪਣਾ ਕੋਈ ਪ੍ਰੋਗਰਾਮ ਪਰਫਾਰਮ ਨਹੀਂ ਕਰ ਸਕਿਆ ਕਿ ਮੈਨੂੰ ਬਹੁਤ ਝਟਕਾ ਲੱਗਿਆ ਕਿ ਸਾਡਾ ਇੱਕ ਨੌਜਵਾਨ ਮਤਲਬ ਕਲਾਕਾਰ ਗਿਆ ਪਰ ਉਹ ਕਹਿੰਦੇ ਕਿ ਮੈਨੂੰ ਨਹੀਂ ਪਤਾ ਕਿ ਉਹਦੇ ਪਿਤਾ ਬਲਕੌਰ ਸਿੰਘ ਹੋਰਾਂ ਨੇ ਸਾਡੇ ਤੇ ਸਵਾਲੀਆ ਚੱਕ ਕਿਉਂ ਲਾਇਆ ਅਸਲ 'ਚ ਪਿਛਲੇ ਦਿਨੀ ਬਲਕੌਰ ਸਿੰਘ ਹੋਰਾਂ ਦਾ ਇੱਕ ਬਿਆਨ ਆਇਆ ਸੀ ਠੀਕ ਹੈ ਅੱਛਾ ਉਹ ਕਹਿੰਦੇ ਉਹਨਾਂ ਨੇ ਅਚੇਚੇ ਤੌਰ ਤੇ ਇਸ ਗੱਲ ਦੀ ਮੰਗ ਕੀਤੀ ਸੀ ਕਿ ਇਹ ਸਿੱਧੂ ਮੂਸੇਵਾਲੇ ਦੇ ਕਤਲ ਮਾਮਲੇ 'ਚ ਕੱਲੇ ਗੈਂਗਸਟਰਾਂ ਤੱਕ ਨਾ ਪਹੁੰਚ ਕਰੋ ਐ ਇੰਡਸਟਰੀ ਐ ਜਿਹੜੀ 뮤직 ਇੰਡਸਟਰੀ ਐ ਉਸ ਤੇ ਇਰਤ ਗਿਰਦ ਵੀ ਜਾਂਚ ਕਰੋ ਉਸ ਨੂੰ ਲੈ ਕੇ ਵੀ ਖੰਘਾ ਲਓ ਤੇ ਉਹਦੇ ਵਿੱਚੋਂ ਮੈਨੂੰ ਲੱਗਦਾ ਏ ਔਲਖ ਤੇ ਜਿਹੜਾ ਬੱਬੂ ਮਾਨ ਤੋਂ ਕੁਝ ਕਿਛਤਾ ਦੌਰ ਆਇਆ ਹੂੰ ਤੇ ਔਲਖ ਤੋਂ ਤਾਂ ਇਹ ਵੀ ਪੁੱਛ ਕੇ ਚੁਈ ਕਿ ਭਾਈ ਤੂੰ ਬੱਬੂ ਮਾ ਉਹਦੇ ਸਿੱਧੂ ਮੁਸੇਰ ਦੇ ਘਤਤ ਤੋਂ 4 ਦਿਨ ਪਹਿਲਾਂ ਮਾਨਸਾ ਕੀ ਕਰਨ ਗਿਆ ਸੀ ਹੂੰ ਜੀ ਉਹਦਾ ਉਹ ਕਹਿੰਦੇ ਕੋਈ ਅਜੇ ਸਪਸ਼ਟ ਜਵਾਬ ਨਹੀਂ ਦੇ ਸਕਿਆ ਪਰ ਉਹਨੇ ਇੰਨਾ ਜ਼ਰੂਰ ਕਿਹਾ ਕਿ ਮੇਰੀ ਨਾਲ ਉਹਨਾਂ ਕੋਈ ਰੰਜਸ਼ ਸੀ ਨਾ ਕੋਈ ਦੁਸ਼ਮਣੀ ਸੀ ਅਜਿਹਾ ਸਾਡਾ ਕੋਈ ਪਹਿਲੂ ਨਹੀਂਗਾ ਕਿ ਇਹ ਸਾਨੂੰ ਗਲਤ ਜਦੋਂ ਇਹ ਪੁੱਛ ਕੇ ਪਿਛਲੀ ਬਰੋਣਾ ਬੁਲਾਦੇ ਠੀਕ ਹੈ ਸੋ ਇਸ ਲਈ ਹੁਣ ਮੈਨੂੰ ਪਤਾ ਇਹ ਵੀ ਲੱਗ ਰਿਹਾ ਪ੍ਰਵੀਨ ਜੀ ਕਿ ਇਹ ਬੇਸ਼ੱਕ ਇਹ ਪਹਿਲਾ ਗੇੜਾ ਹੋ ਸਕਦਾ ਦੂਸਰੇ ਤੀਸਰੇ ਗੇੜੇ ਲਈ ਵੀ ਇਹਨਾਂ ਨੂੰ ਸੱਧਿਆ ਜਾਵੇ। ਇਹੀ ਨਹੀਂ ਪੰਜਾਬੀ ਫਿਲਮ ਇੰਡਸਟਰੀ ਜਾਂ ਪੰਜਾਬੀ 뮤직 ਇੰਡਸਟਰੀ ਦੇ ਪ੍ਰੋਡਿਊਸਰਾਂ ਨੂੰ ਵੀ ਇੱਥੋਂ ਤੱਕ ਕਿ ਕੁਝ ਲੀਡਰਾਂ ਨੂੰ ਵੀ ਹੁਣ ਸੱਧਿਆ ਜਾ ਰਿਹਾ ਹੈ। ਠੀਕ ਹੈ ਉਹਨਾਂ ਤੋਂ ਵੀ ਇਹ ਸਿੱਧੂ ਮਸੇਵਾਲ ਦੇ ਮਾਮਲੇ 'ਚ ਪੁੱਛਗਿਛ ਹੋ ਸਕਦੀ ਹੈ ਸੋ ਹੁਣੇ ਦੇਖਣ ਵਾਲੀ ਗੱਲ ਹੋਵੇਗੀ ਕਿ ਪੁੱਛਗਿਛ ਕਿਸ ਕਦਰ ਅੱਗੇ ਵੱਧਦੀ ਹੈ ਕਿੱਧਰ ਨੂੰ ਜਾਂਦੀ ਹੈ ਫਿਲਹਾਲ ਬੱਬੂ ਮਾਨ ਕਾਏ ਨੇ ਲਖੋੜੀ ਕਾਏ ਨੇ ਤੇ ਉਹਨਾਂ ਤੋਂ ਵੱਖੋ-ਵੱਖ ਪੁੱਛਗਿਛ ਹੋਈ ਹੈ ਤੇ ਆਉਣ ਵਾਲੇ ਦਿਨਾਂ 'ਚ ਕੀ ਇਸ ਘੜੀ 'ਚ ਹੋਰ ਕਲਾਕਾਰਤ ਹੋਏਗੀ ਜਾਂ ਇਹਨਾਂ ਤੋਂ ਦੁਬਾਰਾ ਹੋਏਗੀ ਪਰ ਜਿਹੜਾ ਪਤਾ ਲੱਗ ਰਿਹਾ ਕਿ ਹੁਣ ਇਸ ਕਦਰ ਵੀ ਤਿਆਰੀ ਹੈ ਕਿ ਕੁਝ ਪ੍ਰੋਡਿਊਸਰਾਂ ਨੂੰ ਵੀ ਬੁਲਾਇਆ ਜਾਵੇ 뮤직 ਪ੍ਰੋਡਿਊਸਰ ਨੇ ਜਿਹੜੇ ਹੈ ਤੇ ਕੁਝ ਲੀਡਰਾਂ ਨੂੰ ਵੀ ਨਾਮੀ ਲੀਡਰ ਨਹੀਂ ਵੱਡੇ ਲੀਡਰ ਨੇ ਉਹਨਾਂ ਦੇ ਨਾਮ ਵੀ ਮਤਲਬ ਸਾਹਮਣੇ ਆ ਰਹੇ ਨੇ ਕਿ ਸ਼ਾਇਦ ਉਹਨਾਂ ਨੂੰ ਵੀ ਪੁਚਕਿਛ ਲਈ ਸੱਦਿਆ ਜਾ ਸਕਦਾ ਹੈ। ਜੀ ਜੀ ਜੀ। ਚਲੋ ਅਸੀਂ ਤਾਂ ਇਹ ਕਹਿੰਦੇ ਕਿ ਜਿਹੜਾ ਵੀ ਇਸ ਚੀਜ਼ ਦੇ ਲਈ ਜ਼ਿੰਮੇਵਾਰ ਆ ਜੋ ਵੀ ਹੈ ਅਸਲ ਦੋਸ਼ੀ ਬਾਹਰ ਆਉਣਾ ਚਾਹੀਦਾ ਹੈ। ਪੁਚਕਿਛ ਦਾ ਦਾਇਰਾ ਬਹੁਤ ਵੱਡਾ ਹੁੰਦਾ ਆਪਾਂ ਦੇਖਿਆ ਜਿਹੜੇ ਮੋਸਟਲੀ ਪ੍ਰੋਮੀਨੈਂਟ ਕੇਸਸ ਹੁੰਦੇ ਆ ਉਹਨਾਂ ਦੀ ਜਾਂਚ ਦਾ ਦਾਇਰਾ ਬਹੁਤ ਹੱਦ ਤੱਕ ਵੱਧ ਜਾਂਦਾ ਹੁੰਦਾ ਪਰ ਉਸੇ ਪੁਚਕਿਛ ਦੇ ਵਿੱਚੋਂ ਜਿਹੜੀਆਂ ਜਾਂਚ ਏਜੰਸੀਆਂ ਉਹ ਕੜੀਆਂ ਜੋੜਦੀਆਂ ਫਿਰ ਕੜੀਆਂ ਜੋੜਨ ਤੋਂ ਬਾਅਦ ਉਹਨੂੰ ਕਾਨੂੰਨਨ ਤੌਰ ਤੇ ਸਤਾਪਤ ਕਰਨਾ ਪੈਂਦਾ ਅਦਾਲਤ ਦੇ ਵਿੱਚ ਜਦੋਂ ਜ਼ੀਰਾ ਹੁੰਦੀ ਹੈ